ਸਲਾਮ ਅਲੈਕੁਮ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਲਓ ਜਨਾਬ, ਅੱਜ ਮੈਂ ਤੁਹਾਡੇ ਵਾਸਤੇ ਇੱਕ ਅਲੈਦਾ ਬਹੁਤ ਵਧੀਆ ਜਿਹਾ ਵਲੋਗ ਲੈ ਕੇ ਆਇਆ, ਅਤੇ ਪਿੱਛੇ ਮਾਹੌਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿਸ ਤਰ੍ਹਾਂ ਦਾ ਇਹ ਵਲੋਗ ਹੋਏਗਾ। ਬਿਲਕੁਲ ਆਪਣਾ ਦੇਸੀ ਟਾਈਪ ਦਾ ਮਾਹੌਲ, ਅਤੇ ਅੱਜ ਮੈਂ ਤੁਹਾਡੇ ਨਾਲ ਇਹ ਵਲੋਗ ਸ਼ੇਅਰ ਕਰਦਾ ਹਾਂ। ਵੇਖੋ, ਉੱਤੇ ਜਵਾਨ ਦੀਆਂ ਆਵਾਜ਼ਾਂ ਆਉਂਦੀਆਂ, ਵੇ ਬੋਲ ਜ਼ਰਾ, ਹੁਣ ਚੁੱਪ ਕਰ ਗਿਆ। ਉਹ ਮੈਂ ਮੈਕ ਵੀ ਲਾਇਆ, ਅਤੇ ਇਹਨਾਂ ਦੀਆਂ ਆਵਾਜ਼ਾਂ ਤੁਹਾਨੂੰ ਘੱਟ ਸੁਣਦੀਆਂ ਹੋਣੀਆਂ ਨੇ, ਪਰ ਸਾਡੀ ਆਵਾਜ਼ ਤੁਹਾਨੂੰ ਸਹੀ ਸੁਣਨੀ ਚਾਹੀਦੀ ਹੈ ਸਭ ਤੋਂ ਬਿਹਤਰ। ਹਾਂਜੀ ਜਨਾਬ ਮੁਨਫਰਦ, ਮੈਂ ਤੁਹਾਨੂੰ ਕਿਉਂ ਦੱਸਿਆ, ਮੈਂ ਉਸ ਟਾਈਮ ਜਿਹੜੀ ਜਗ੍ਹਾ ਬੈਠਾ ਹੈਗਾ ਨਾ, ਇੱਥੇ ਮੇਰਾ ਬਚਪਨ ਗੁਜ਼ਰਿਆ। ਮੈਂ ਤਕਰੀਬਨ ਆਪਣੀ ਜ਼ਿੰਦਗੀ ਦੇ 25 ਸਾਲ ਹੈ ਨਾ ਇੱਥੇ ਗੁਜ਼ਾਰੇ ਨੇ। 25 ਸਾਲਾਂ ਦੇ ਵਿੱਚੋਂ ਜਿਹੜਾ ਮੈਂ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ 10 ਤੋਂ 12 ਸਾਲ ਇੱਥੇ ਹੀ ਰਿਹਾ ਹਾਂ, ਅਤੇ ਮੈਂ ਜਿਹੜੀ ਜਗ੍ਹਾ 'ਤੇ ਬੈਠਾ ਵਾਂ ਇਹ ਹੈਗਾ ਮੇਰੇ ਨਾਨਕਿਆਂ ਦਾ ਡੇਰਾ। ਸਹੀ ਹੈ? ਅਤੇ ਮੈਂ ਇੱਥੇ ਰਾਤੀ ਆਇਆ ਸੀ, ਥੋੜ੍ਹਾ ਲੇਟ ਹੋ ਗਿਆ, ਉਸ ਵਜ੍ਹਾ ਤੋਂ ਮੈਂ ਰਾਤ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਹੈ। ਅਤੇ ਮੈਂ ਕਿਹਾ ਸਵੇਰੇ ਜਿਵੇਂ ਦਿਨ ਚੜ੍ਹਦਾ ਨਾ, ਅਤੇ ਲਓ ਮੈਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋ ਗਿਆ। ਆ ਜਿਹੜਾ ਵੀਡੀਓ ਮੇਰਾ ਕੈਮਰਾਮੈਨ ਬਣਾਉਂਦੇ ਆ ਮੇਰੇ ਮਾਮੇ ਦਾ ਨਿੱਕਾ ਮੁੰਡਾ, ਅਤੇ ਬਾਕੀ ਦੂਸਰੇ ਹਜੇ ਪੱਠੇ ਪੁੱਠੇ ਵੱਢਣ ਗਏ ਨੇ, ਉਹ ਜਿਵੇਂ ਆਉਂਦੇ ਆ ਨਾ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਅਤੇ ਨਾਲ ਦੀ ਨਾਲ ਹੁੱਕਾ ਵੀ ਛਿੱਕਦੇ ਪਏ ਆ, ਹੁੱਕੇ ਦਾ ਵੀ ਨਜ਼ਾਰਾ। ਅਤੇ ਅਸੀਂ ਜਿੱਥੇ ਬੈਠੇ ਹਾਂ ਨਾ ਉੱਧਰ ਨੂੰ ਹਾਜ਼ਰ ਆ। ਆਹ ਮੁੰਜੀ ਜਵਾਨਾਂ ਸਾਰਿਆਂ ਨੇ ਟਾਈਮ ਸਿਰ ਆਪਣੀ ਲਾ ਕੇ ਵਿਹਲੇ ਹੋ ਗਏ ਨੇ, ਮਾਸ਼ਾਅੱਲਾ ਵਾਹ ਮੁੰਜੀ ਹੋ ਗਈ ਹੈ। ਅਤੇ ਇੱਧਰ ਇਹਨਾਂ ਨੇ ਮਾਲ ਮੂਲ ਆਪਣਾ ਬੰਨਿਆ, ਅਤੇ ਆਹ ਧਰੇਕਾਂ ਦੀ ਛਾਂ ਦੇ ਥੱਲੇ ਅਸੀਂ ਬੈਠੇ ਹਾਂ। ਇੱਧਰ ਆ ਪਿਛਲੇ ਪਾਸੇ ਮੁੰਡਿਆ ਬਹਾਦਰ ਆ, ਪਿਛਲੇ ਪਾਸੇ ਹੈਗਾ ਸ਼੍ਰੀ ਉਤਾਂਹ ਕਰਕੇ ਬਹਾਦਰ, ਨਾਲ ਥੱਲੇ ਡੰਗਰ ਬੰਨੇ ਨੇ। ਇਸ ਟਾਈਮ ਇੱਥੇ ਬਹਿ ਕੇ ਇੰਨਾ ਕੁ ਸਕੂਨ ਮਹਿਸੂਸ ਹੋ ਰਿਹਾ ਨਾ, ਕਿਉਂਕਿ ਮੈਂ ਤਕਰੀਬਨ ਹੁਣ ਵੀ 2.5-3 ਸਾਲਾਂ ਬਾਅਦ ਆਇਆ ਹਾਂ ਵਾਪਸ, ਅਤੇ 2.5-3 ਸਾਲਾਂ ਬਾਅਦ ਤੈਨੂੰ ਪਤਾ ਉੱਥੇ ਰਹਿ ਕੇ ਬੰਦਾ ਇੱਕ ਬੋਰ ਹੋ ਜਾਂਦਾ ਆਪਣੇ ਕਲਚਰ ਤੋਂ, ਉਹ ਜਿਹੜੀਆਂ ਚੀਜ਼ਾਂ ਨਾਲ ਜੁੜਿਆ ਹੁੰਦਾ ਵਾ। ਇੱਥੇ ਤੈਨੂੰ ਪਤਾ ਸਾਡਾ ਕੰਮ ਕੀ ਕਿ ਮਿੱਟੀ ਦੇ ਨਾਲ ਮਿੱਟੀ ਹੋਣਾ ਕਿਸਾਨ ਦਾ ਇਹੀ ਕੰਮ ਹੈ, ਅਤੇ ਅਗਲਾ ਕੰਮ ਜਿਹੜਾ ਕੁਛ ਹੋ ਰਿਹਾ ਵਾ ਉਹ ਹਕੂਮਤ ਦਾ ਤੁਹਾਨੂੰ ਪਤਾ ਹੀ ਹੈ, ਜੋ ਮੁੰਜੀ ਦੇ ਹਾਲਾਤ ਨੇ। ਅਤੇ ਬਾਕੀ ਇਹਨਾਂ ਨੂੰ ਕੋਈ ਥੋੜ੍ਹੀ ਬਹੁਤੀ ਸ਼ਰਮ ਚਾਹੀਦੀ ਹੈ, ਅਤੇ ਸ਼ਰਮੋ ਹਜਾ ਕਰਨੀ ਚਾਹੀਦੀ ਹੈ ਕਿ ਥੋੜ੍ਹਾ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਦੂਸਰੇ ਜਵਾਨ ਆਉਂਦੇ ਨੇ ਤੁਹਾਡੀ, ਉਹਨਾਂ ਨਾਲ ਵੀ ਮੁਲਾਕਾਤ ਕਰਾਉਂਦੇ ਹਾਂ। ਆਹ ਮੇਰਾ ਕੈਮਰਾਮੈਨ ਸੀ, ਕੈਮਰਾਮੈਨ ਵੀ ਤੁਸੀਂ ਵੇਖ ਲਓ, ਕੈਮਰਾਮੈਨ ਨਾ ਸੁਣਾ ਠੀਕ ਠਾਕ ਠੀਕ ਹੈ। ਕੱਲ੍ਹ ਹੋਈ ਹੈ ਬਾਰਿਸ਼ ਇੱਥੇ, ਅਤੇ ਬਾਰਿਸ਼ ਦੀ ਵਜ੍ਹਾ ਤੋਂ ਜਨਾਬ ਇਸ ਟਾਈਮ ਇੰਨੀ ਕੁ ਹਵਸ ਜੀ ਬਣ ਗਈ ਹੈ ਨਾ, ਹੁਣ ਧੁੱਪ ਲੱਗੀ ਹੈ, ਵੇਖੋ ਕਿੱਡੀ ਜ਼ਬਰਦਸਤ ਧੁੱਪ ਲੱਗੀ ਹੈ, ਅਤੇ ਬਾਰਿਸ਼ ਦੀ ਵਜ੍ਹਾ ਤੋਂ ਚੰਗੀ ਹਵਸ ਬਣੀ ਹੈ, ਮੈਨੂੰ ਤਾਂ ਪਸੀਨੇ ਹੀ ਬਹੁਤ ਆਉਂਦੇ ਨੇ। ਮੈਨੂੰ ਹਜੇ ਥੋੜ੍ਹਾ ਟਾਈਮ ਲੱਗਣਾ ਵਿੱਚ ਰਚਣ ਦੇ ਵਿੱਚ, ਅਤੇ ਕੋਈ ਨਹੀਂ ਫਿਰ ਆਪਣਾ ਹੀ ਦੇਸ਼ ਹੈ ਅਤੇ ਆਪਣੇ ਲੋਕ ਇਹ ਰਚਨਾ ਤਾਂ ਬਣਦਾ, ਕਿਉਂਕਿ ਇਹੋ ਕੁਛ ਹੀ ਕਰਦੇ ਆਏ। ਮੈਂ ਇੱਥੇ ਨਾਨਕਿਆ ਪਿੰਡ ਆਇਆ ਹਾਂ, ਅਤੇ ਜਿਹੜਾ ਸਾਡਾ ਇੱਥੇ ਨਾਈ ਹੈ ਨਾ ਉਹ ਤਕਰੀਬਨ ਸ਼ੁਰੂ ਤੋਂ ਹੀ ਅਸੀਂ ਉਹਦੇ ਕੋਲ ਕਟਿੰਗ ਸ਼ੈਟਿੰਗ ਕਰਵਾਉਂਦੇ ਆਏ। ਉਹਨੂੰ ਮੈਂ ਫੋਨ ਕੀਤਾ ਸੀ, ਮੈਂ ਹਾਂ ਉਹ ਆਪ ਤਾਂ ਵਿਚਾਰਾ ਬਿਮਾਰ ਹੀ, ਅਤੇ ਉਹਨੇ ਭੇਜਿਆ ਜੀ ਆਪਣਾ ਮੁੰਡਾ, ਮੈਂ ਤੁਹਾਡੇ ਮੁੰਡੇ ਨਾਲ ਵੀ ਗੱਲ ਕਰਾਉਣਾ। ਸਲਾਮ ਅਲੈਕੁਮ ਗੁੱਲੂ, ਸੁਣਾ ਭਾਜੀ ਕੀ ਹਾਲ ਹੈ? ਠੀਕ ਹੈ। ਅਤੇ ਅੱਬਾ ਨਹੀਂ ਹੋਇਆ? ਅੱਬੂ ਯਾਰ ਠੀਕ ਨਹੀਂ ਹੈ। ਹਾਂ ਤੂੰ ਵੀ ਟ੍ਰੇਨ ਹੋ ਗਿਆ ਹੁਣ? ਹਾਂ ਕਾਫੀ ਲੱਗਦਾ ਮਾੜਾ ਮੋਟਾ, ਤੇਰੀ ਵੀਡੀਓ ਬਣਾਈਏ ਹਾਂ ਤੇਰੀ ਵੀਡੀਓ ਅੱਗੋਂ ਹੱਸੀ ਜਾਂਦੇ, ਮੈਂ ਤੇਰੀ ਵੀਡੀਓ ਬਣਾਈਏ ਮੇਰੀ ਨਾ ਬਣਾਓ, ਇਹ ਬਣ ਗਈ ਕੁਛ ਨਹੀਂ ਹੁੰਦਾ, ਲਾ ਇਹਨੂੰ ਕੀ ਹੈ ਬਾਅਦ ਦੱਸਿਆ ਕਿ ਆਇਆ ਨੀ ਮੁੰਡਾ ਨੀ ਆਇਆ, ਮੈਂ ਉਹ ਆਇਆ ਸਾਨੂੰ ਤੂੰ ਚਾਹੀਦਾ, ਕਹਿੰਦਾ ਮੈਂ ਬਿਮਾਰ ਹਾਂ। ਆਹੋ ਤਬੀਅਤ ਨੀ ਠੀਕ ਹੈ। ਅੱਛਾ
ਕੱਲ ਵੀ ਬੋਤਲ ਕਹਿੰਦਾ ਹੈ ਬੋਤਲ ਲਵਾਣੀ, ਮੈਂ ਕਿਹਾ ਆ ਇੱਥੇ ਤੈਨੂੰ 7-Up ਦੀ ਤੇ ਪੈਪਸੀ ਉਹਦੀ ਕੋਕ ਦੀ ਬੋਤਲ ਲਵਾਣੇ ਦੋ। ਸਹੀ ਅੱਛਾ ਤੂੰ ਇਹਨੂੰ ਕੀ ਕਹਿਣ ਦਿਆ ਇਹਦੇ ਨਾਲ ਕੀ ਕਰਨਾ? ਮੂੰਜੀ ਵੱਟਣੀ ਮੈਂ ਇਹਦੇ ਨਾਲ। ਆ ਮਸ਼ੀਨ ਦਾ ਦੋ ਮਸ਼ੀਨ ਸੀਆਂ ਲਾ ਟਕਾ ਕੇ ਮੈਂ ਇੱਕ ਆ ਇਹਦਾ ਮੂੰਜੀ ਦਾ ਚੰਗਾ ਸੀਜ਼ਨ ਲੱਗ ਜਾਣਾ ਲੈ ਬਈ। ਇਹ ਤਾਂ ਬੜੀਆਂ ਤੇਜ਼ ਹੀ ਪਰਲੀ ਨੇ ਸੁਪਰ ਵੱਟਣੀ, ਉਹਦੀ ਨੇ ਛੇਸੀ ਵੱਟਣੀ। ਅੱਛਾ ਤੂੰ ਇਹ ਨੇ ਕਹਿ ਮਾਮੇ ਲਈ ਚੱਲ ਇੱਕ ਮਸ਼ੀਨ ਹੀ ਲੈ ਜਾਈਏ। ਲੈ ਦਾ ਮਸ਼ੀਨਾਂ ਜਿੰਨੀਆਂ ਤੂੰ ਕਵੇਂ। ਆਹਾ ਮਸ਼ੀਨਾਂ ਦੀ ਕਿਹੜੀ ਗੱਲ ਕਰਦਾ, ਮਸ਼ੀਨਾਂ ਬਣੀਆਂ। ਹਾਂ ਅੱਛਾ ਹੁਣ ਇਹਦਾ ਗੁੱਲੂ ਦਾ ਇੰਟਰਵਿਊ ਲਈਏ ਕਿ ਇਹ ਦੇਗਾ ਦੂਗਾ ਪਕਾ ਲੈਂਦਾ ਕਿ ਨਹੀਂ? ਪਕਾ ਲੈਣਾ ਗੁੱਲੂ, ਪਕਾ ਲੈਣਾ। ਹਾਂ ਕਿਵੇਂ ਬਈ, ਮਿੱਠੀ ਦੇਗ ਪਕਾ ਲੈਣਾ? ਮਿੱਠੀ ਵੀ ਲਾਉਣੀ, ਪੱਕੀ ਗੱਲ ਹੈ? ਇੱਕ ਜੀ ਪਕਾ ਲੈਣਾ ਕਿ ਦੋਵਾਂ ਜੀ? ਨਹੀਂ ਦੋਵਾਂ ਚ, ਦੋਵਾਂ ਚ ਨਹੀਂ ਨਹੀਂ ਸਾਨੂੰ ਤੇ ਪਤਾ ਲੱਗਾ ਸੀ ਕਿ ਤੂੰ ਬੜਾ ਮਾਸਟਰ ਬੰਦਾ, ਇੱਕ ਜੀ ਪਕਾ ਲੈਣਾ, ਇੱਕ ਦੋਵੇਂ ਪਕਾ ਲੈਣਾ, ਇੱਕ ਚ ਪੱਕ ਦਾ ਡੱਬਾ ਭੁਲਾ। ਅੱਛਾ ਜੇ ਲਾਟੂਆਂ ਨੇ ਪੱਕਾ ਸੀ ਇੱਕ ਵਾਰੀ। ਅੱਛਾ ਮੈਂ ਸਹੀ ਕੀਤਾ ਫੈਸਲਾ, ਸਹੀ ਕੀਤਾ, ਚੰਗਾ ਕੰਮ ਕੀਤਾ। ਲੜਦਾ ਸਾ ਨਹੀਂ? ਅੱਛਾ ਤੇ ਨਾ ਹਮਾਮ ਵਾਲੀ ਗੱਲ ਸੁਣਾ। ਕਿਹੜੇ ਹਮਾਮ ਵਾਲੇ? ਜਿੱਥੇ ਗੁੱਲੂ ਦਾੜੀ ਮੁੰਨਣ ਡਿਆ ਕਿ ਮੁੰਡਾ ਸਾਈਕਲ ਲੈ ਗਿਆ। ਅੱਛਾ ਕਿਹੜੀ ਹਮਾਮ ਵਾਲੀ? ਉਹ ਅੱਛਾ ਉਹ ਦੋ ਬੰਦੇ ਗਏ ਹਮਾਮ 'ਚ। ਅੱਛਾ ਗੁੱਲੂ ਦੇ ਗਏ ਤੇ ਇੱਕ ਡੈ ਪਿਆ ਯਾਮਦ ਕਰਾਉਣ ਤੇ ਇੱਕ ਲਾਗੇ ਬੈਠਾ ਰਿਹਾ। ਅੱਛਾ ਇਹਦਾ ਖਲੋਤਾ ਸਾਈਕਲ ਉੱਥੇ, ਇਹਦਾ ਖਲੋਤਾ ਸਾਈਕਲ ਤੇ ਉਹ ਗਿਆ ਇੱਕ ਯਾਮਦ ਕਰਨ ਡੈ ਪਿਆ ਤੇ ਇਹ ਆਂਦਾ ਮੇਰਾ ਸਾਈਕਲ ਹੀ ਯਾਰ ਆਂਦਾ ਕੀ ਹੋਣਾ ਕਿਤੇ। ਉਹ ਸਾਈਕਲ ਲੈ ਗਿਆ, ਆਪ ਹੀ ਲੈ ਗਿਆ, ਦੂਜਾ ਲੈ ਗਿਆ, ਦੋ ਬੰਦੇ ਆਏ। ਅੱਛਾ ਅੱਛਾ ਇਹ ਯਾਮਦ ਕਰਦੇ ਨੇ ਇੱਕ ਦੀ। ਅੱਛਾ ਤੇ ਇੱਕ ਸਾਈਕਲ ਲੈ ਗਿਆ, ਉਹਨੇ ਤਾਂ ਕਿਹਾ ਕਿਤੇ ਵੀ ਇਹਦੇ ਨਾਲ ਦਾ ਵਾ। ਹਾਂ ਉਹਨੇ ਮੇਰੇ ਨਾਲ ਦਾ ਨੇ ਕਿ ਯਾਰ ਮੈਂ ਮਾੜਾ ਬੰਦਾ ਸਾਈਕਲ ਮੇਰਾ ਲੈ ਗਿਆ। ਅੱਛਾ ਇੰਨਾ ਗੁੱਲੂ ਆਂਦਾ। ਹਾਂ ਤੇ ਉਹ ਨਾ ਆਂਦਾ ਇਹ ਕਿਹੜੀ ਗੱਲ ਆ, ਤੈਨੂੰ ਸਾਈਕਲ ਨਵਾਂ ਜਿਹੜਾ ਦਿੰਦਾ। ਅੱਛਾ ਤੇ ਆਪਣਾ ਨਾਈ ਆਂਦਾ। ਅੱਛਾ ਇਹਦਾ ਉਸਤਾਦ ਨੂੰ ਕਹਿੰਦਾ। ਹਾਂ ਤੇ ਉਹ ਸਾਈਕਲ ਜਿਹੜਾ ਉਹਦਾ ਕਾਰਖਾ ਚ ਇੱਕ ਉਹਨਾਂ ਨੇ ਤੂੰ ਕਰ, ਉਹ ਜਿਹੜਾ ਪਿੱਛੇ ਬੈਠਾ ਸੀ ਇਹਦੇ ਨਾਲ ਇੱਕ ਲੈ ਗਿਆ ਸਾਈਕਲ, ਇੱਕ ਸਾਈਕਲ ਲੈ ਗਿਆ ਸੀ ਜਿਹੜਾ ਉਹਦੇ ਨਾਲ ਦਾ ਦੂਸਰਾ ਬੰਦਾ ਵੀ ਇਹ। ਹਾਂ ਅੱਛਾ ਤੇ ਇਹ ਆਂਦਾ ਮੈਂ ਤੁਹਾਨੂੰ ਸਾਈਕਲ ਨਵਾਂ ਜਿਹੜਾ ਕੱਟੀ ਕੁੱਟੀ ਵੇਚ ਕੇ। ਹਾਂ ਤੇ ਉਹ ਸਾਈਕਲ ਚੈੱਕ ਕਰਨ ਲੱਗਾ, ਉਹ ਗਿਆ ਆਇਆ ਹੀ ਨਾ ਤੇ ਘਰੋਂ ਗਿਆ ਫੋਨ ਕਰਕੇ ਭਲੀ ਇੱਕ ਤੇ ਇੱਕ ਹੋਰ ਨਵਾਂ ਜੜਾ ਕੇ ਦਿੱਤਾ ਮੈਂ। ਐਵੇਂ ਤਾਂ ਕੰਮ ਹੀ ਹੋ ਜਾਂਦੇ ਨੇ। ਹਾਂਜੀ
ਗੁੱਲੂ ਮੋਟਰਸਾਈਕਲ ਤੇ ਆ ਮੋਟਰਸਾਈਕਲ ਵੇਲਾ ਜੀ ਆ ਜਵਾਨਾ ਹੁੰਦਾ ਅੱਲਾ ਦਾ ਬੰਦੇ ਰਾਜੇ ਸਕੂਟਰਾਂ ਦੇ ਰਾਜੇ ਸਕੂਟਰਾਂ ਦੇ ਫੇਰਦੇ ਫਿਰ ਉਹ ਵੀ ਗੱਲ ਨਾਲ ਹੀ ਸਹੁਰਿਆਂ ਨੇ ਦਿੱਤਾ ਨਹੀਂ ਅੱਛਾ ਬੁੱਢਾ ਮੇਰਾ ਸਾਈਕਲ ਤੇ ਹੀ ਹੁੰਦਾ ਕਿਉਂ ਨਹੀਂ ਬੁੱਢੇ ਨੇ ਭਾਈ ਸਾਈਕਲ ਤੇ ਦਿੱਤੀ ਕੱਪੜੇ ਸੀਣ ਵਾਲੀ ਵੱਡੀ ਸਾਰੀ ਅੱਛਾ ਮਾਸ਼ਾਅੱਲਾ ਬੜੀ ਗੱਲ ਯਾਰ ਅੱਬਾ ਤੇਰਾ ਤੇ ਇੱਥੇ ਵੇਲਾ ਸਾਈਕਲ ਤੇ ਉਹਨੇ ਪੱਠੇ ਤੱਕ ਇੰਨੇ ਕੁ ਢੋ ਛੱਡੇ ਤੇ ਉਹਨੇ ਮੋਟਰਸਾਈਕਲ ਤੇ ਨਹੀਂ ਢੋ ਸਕਦਾ ਇਹ ਗੱਲ ਵਾਕਈ ਤੇਰੀ ਕੀ ਕਰ ਬਸ ਬੰਦੇ ਨੇ ਸਾਈਕਲ ਲੱਦਣਾ ਇੱਧਰੋਂ ਇੰਜ ਉਹ ਤੇ ਸੁੱਤੇ ਹੁੰਦੇ ਸੀ ਆਣ ਕੇ ਪੱਠੇ ਵੜ ਦਿੰਦਾ ਹੁੰਦਾ ਸੀ ਭੁੱਲ ਗਈ ਇਦਾਂ ਹੀ ਗੱਲ ਹੈ ਆਪਣੇ ਛੱਡ ਕੇ ਚਲਾ ਜਾਂਦਾ ਤੇ ਵੱਢਣ ਵਾਲਾ ਹੀ ਹਜੇ ਪੱਠੇ ਮਸ਼ੀਨ ਤੇ ਨਹੀਂ ਲਾਉਣੀ ਗਾਵਾਂ ਕਿੰਨੀਆਂ ਰੱਖੀਆਂ ਗਾਂ ਇੱਕ ਹੀ ਗਾਂ ਵੀ ਰੱਖੀ ਮੱਝਾਂ ਮੱਝਾਂ ਚਾਰ ਹਾਂ ਭੋਲੀ ਮਸ਼ੀਨ ਲਾਉਣੀ ਆ ਲਾ ਲਿਆ ਤੂੰ ਮੇਰੀ ਵਾਰੀ ਹੁਣ ਆਹੋ ਲੈ ਵੇ ਗੁੱਲੋ ਜਿਹੜਾ ਬਾਊ ਬਣਾ ਦੇ ਹਾਂ ਵੇਖੀ ਧਿਆਨ ਨਾਲ ਬਾਊ ਬਣਾਈ ਇਹ ਨਾ ਵੇ ਤੂੰ ਵਾਢੇ ਚੋਕੇ ਵੀ ਨਾ ਛੱਡ ਰਹਿਣ ਦੇ ਮੈਂ ਬਦਲ ਲੈਣੇ ਕੱਪੜੇ ਨਹਾ ਕੇ ਮਰਵਾਨ ਖਾਨ ਸ਼ਕੀਰਦੇ ਹੋਵੇ ਤੇ ਵਾਲ ਨਾ ਕਟੀਨ ਤੇ ਖਾਸ ਨਾ ਹੋਵੇ ਕਿਉਂ ਗੁੱਲੂ ਵਾਕਈ ਸ਼ਕੀਰ ਮਰਵਾਨ ਖਾਨ ਦਾ ਸ਼ਕੀਰ ਦੇ ਦਿਲ ਜਿੱਤ ਖਤ ਕਿੱਥੋਂ ਕਰਾਇਆ ਖਤ ਇਹ ਨਹੀਂ ਓਟੋ ਇਹ ਹਰ ਹਰ ਜਿਹੜਾ ਵੀ ਨਾਈ ਹੈ ਨਾ ਉਹ ਚੱਲ ਜਾ ਉਹ ਇਦਾਂ ਹੀ ਕਹਿੰਦਾ ਹੁੰਦਾ ਇਹ ਲੱਗ ਬੜੇ ਗੁਰ ਦੀ ਗੱਲ ਹੈ ਨਹੀਂ ਨਹੀਂ ਸਹੀ ਗੱਲ ਮਜ਼ਾ ਨਹੀਂ ਮੇਰੇ ਬੋਲੇ ਪੰਪਾਣੇ ਖਤ ਕਰਾ ਕੇ ਨਹੀਂ ਓਟੋ ਜਾ ਕੇ ਨਹੀਂ ਸਹੀ ਹੋਈ ਥੱਲੋਂ ਨਹੀਂ ਸਹੀ ਹੈ ਗਲਾਈ ਨਹੀਂ ਸਹੀ ਹੈ ਅੱਛਾ ਤੂੰ ਇਸ ਤਰ੍ਹਾਂ ਦੀ ਰਹਿੰਦੀ ਨਾ ਤੂੰ ਬਹੁਤ ਹੀ ਨਾ ਕਰਨ ਗਲਾਈ ਨਹੀਂ ਮੈਂ ਇਸ ਤਰ੍ਹਾਂ ਦੀ ਰਹਿੰਦਾ ਜਿਵੇਂ ਆਇਆ ਮੇਰਾ ਹੀ ਕਰਦਾ ਹਾਂ ਇਸ ਤਰ੍ਹਾਂ ਹੀ ਕਰਦੇ ਨਾ ਹੀ ਇੱਥੋਂ ਬਹੁਤਾ ਥੱਲੇ ਐਵੇਂ ਠੀਕ ਜਿਵੇਂ ਹੈ ਜਿੱਥੇ ਆਇਆ ਇੱਥੇ ਕਰ ਇੱਥੇ ਕਰਦੇ ਠੀਕ ਅੱਛਾ ਇਹ ਕਹਿੰਦਾ ਮੈਂ ਇਮਰਾਨ ਖਾਨ ਦਾ ਸ਼ਕੀਰਦਾ ਅੱਛਾ ਅੱਗੋ ਪੁੱਛੀ ਨਾ ਇਮਰਾਨ ਖਾਨ ਦਾ ਸ਼ਕੀਰਦਾ ਹੌਲੀ ਹੌਲੀ ਬੜੀ ਬੋਲਦਾ ਅੱਗੋ ਉਹ ਸਿਰਫ ਇਮਰਾਨ ਖਾਨ ਦੀ ਵਾਰੀ ਘਬਰਾ ਨਾ ਕੁਛ ਨਹੀਂ ਹੁੰਦਾ ਕੋਈ ਨਹੀਂ ਤੈਨੂੰ ਚੁੱਕਦਾ ਦਾੜੀ ਬੜੀ ਸਖਤ ਮੇਰੀ ਦਾੜੀ ਵਾਕਈ ਸਖਤ ਦਿਸਣਗੀ ਐਵੇਂ ਦੀ ਦਾੜੀ ਇੰਨਾ ਜਦੋਂ ਪਤਾ ਨਹੀਂ ਕਿਸੇ ਦੀ ਹੈ ਕਿ ਨਹੀਂ ਮਾਮੂ ਦੀ ਮਾਮੂ ਦੀ ਵੀ ਸਖਤ ਹੈ ਚਾਚੇ ਦੀ ਸਖਤ ਹੈ ਫਰੀਦ ਹੋਣੀ ਨੀ ਉਹਨਾਂ ਦੀਆਂ ਬੜੀਆਂ ਸਖਤ ਕਾਸ਼ੀ ਦੀ ਬੜੀ ਸਖਤ ਕਮਾਨੀ ਨਾ ਉਸਰਾ ਡਾ ਯੂਨ ਦੇ ਵਾਰ ਕੋ ਚੰਗਾ ਆ ਚੰਗਾ ਨੂੰ ਤਿੱਖਾ ਕਰਕੇ ਗੁੱਲੂ ਵਾਰ ਦੇ ਦੂਸਰਾ ਕੋਈ ਲਾਈ ਨਹੀਂ ਛੇਦੂ ਉਹ ਵੀ ਗਿਆ ਸੀ ਹੁਣ ਸੀ ਉਹ ਵੀ ਆ ਗਿਆ ਹਾਂ ਕਿਹੜਾ ਜੋਨਾ ਸੀ ਜੋਨਾ ਸੀ ਮਿਸਤਰੀ ਕਿੱਥੇ ਸੁਣਗ ਲਾਉਣ ਗਿਆ ਸੀ ਫੈਸਲਾ ਕੇ ਦੇ ਕੰਮ ਅਜਾ ਉਜਾਰਾ ਵੀ ਗਿਆ ਨਾ ਮੈਂ ਬੈਲ ਨਹੀਂ ਲਿਆਂਦਾ ਉਹਦੀਆਂ ਤਸਵੀਰਾਂ ਤੈਨੂੰ ਵਿਖਾਉਣ ਨੂੰ ਪੈਂਟ ਸ਼ਲਟ ਪਾਈ ਕਿਹਨੇ ਯੂਨਸ ਨੇ ਨਹੀਂ ਯਾਰ ਸਹੀ ਗੱਲ ਇਹ ਬਾਲ ਡਰਾਉਣੇ ਸੀ ਤਾਂ ਪੈਂਟ ਸ਼ਲਟ ਕਿਉਂ ਨਾ ਤੈਨੂੰ ਪਤਾ ਧੋਤੀ ਬੰਦਾ ਫੈਕਟਰੀ ਦਾ ਸੂਲ ਸੀ ਨਾ ਪੈਂਟ ਸ਼ਲਟ ਪਾਉਣਾ ਧੋਤੀ ਵਾਲੇ ਬੰਦੇ ਨੂੰ ਪਾਣੀ ਪੈ ਗਈ ਪੈਂਟ ਸ਼ਲਟ ਬੁੱਢਾ ਬੰਦਾ ਸੀ ਹਾਂਜੀ ਇਹ ਯੂਨਸ ਆ ਮਿਸਤਰੀ ਸਾਡਾ ਇੱਥੇ ਲੱਠ ਹੋਣੇ ਦਾ ਅੱਛਾ ਅੱਛਾ ਬਾਬਾ ਜੀ ਆ ਲੱਖ ਦਾ ਬੰਦਾ ਹੈ ਹਾਂ ਪਤਾ ਮੈਨੂੰ ਮੈਂ ਵੇਖਿਆ
ਤੈਨੂੰ ਪਤਾ ਸਿਆਣੇ ਬੰਦੇ ਨੂੰ ਧੋਤੀ ਬੰਨਣ ਵਾਲਿਆਂ ਨੂੰ ਪੈਂਟ ਪਾਉਣੀ ਪੈ ਜਾਏ ਤੇ ਫਿਰ ਬੜਾ ਮੁਸ਼ਕਿਲ ਕੰਮ। ਕਿੱਥੇ? ਫੈਸਲਾਬਾਦ ਗਿਆ ਠੇਕੇ ਦੇ ਕੰਮ ਤੇ। ਸੋਲੰਗ ਦੇ ਲਿਆ ਕੋਠੀਆਂ ਜਿਹੜੇ ਕੰਮ ਕਰਦੇ ਨੇ। ਕਿੰਨੇ ਭੇਜੇ ਮਰਾਣਾ ਦਾ ਮੁੰਡਾ ਵਾ ਉਹ ਬਾਹਰ ਗਿਆ ਬੁੱਢੇ ਤੇ ਇੱਕ ਦਿਨ ਮੈਂ ਦਾੜੀ ਮੁੰਨਣ ਗਿਆ ਮੈਂ ਕਿਹਾ ਚੰਦ ਸਾਹਿਬ ਮੇਰੇ ਇਸ਼ਤਿਆਕ ਨਾਲ ਗੱਲ ਤੇ ਕਰਾ ਮੈਂ ਕਿਹਾ ਚੋਰੀ ਸਾਹਿਬ ਇੱਕ ਮਸ਼ੀਨ ਹੀ ਘੱਲਿਓ ਸਾਨੂੰ ਫਿਰ ਉਹ ਆਇਆ ਸੀ ਤੇ ਲੈ ਕੇ ਆਇਆ ਰੂਟਾ ਵਾਟਰ ਨਹੀਂ ਮਿਲਿਆ ਤੈਨੂੰ ਨਹੀਂ ਉਹ ਵੀ ਮੰਗਵਾ ਉਹ ਕਰਨਾ ਉਹ ਜਿਹੜੇ ਗੱਲਾਂ ਤੇ ਲਾਈਦਾ ਮੋਬਾਈਲ ਜਿਹਾ ਉਹ ਰੂਟਾ ਵਾਟਰ ਆਹੋ ਉਹ ਬਹੁਤੇ ਬਰੀਕ ਵਾਲ ਹੋਣਾ ਚੁੱਕ ਲੈਂਦਾ ਨਾ ਨਿੱਕੇ ਨਿੱਕੇ ਹਾਂ ਬੜੀ ਗੋਲ ਜਿਹੀ ਹੁੰਦੀ ਹੈਗਾ ਤੇ ਗੁੱਲੂ ਇਮਰਾਨ ਖਾਂ ਕਿੰਨੀ ਕੁ ਢੇਰ ਰਿਹਾ ਇਮਰਾਨ ਖਾਂ ਕਿੰਨੀ ਕੁ ਢੇਰ ਰਿਹਾ ਜਾ ਸਕਦਾ ਕਿਹੜਾ ਇਮਰਾਨ ਖਾਂ ਇਮਰਾਨ ਖਾਂ ਬੇਲੀ ਸਾਡਾ ਜਿਹੜਾ ਜਿਹੜਾ ਬੇਲੀ ਸਾਡਾ ਉਹ ਤਾਂ ਮਰ ਗਿਆ ਨਹੀਂ ਹੈਗਾ ਮਰ ਗਿਆ ਉਹ ਨਹੀਂ ਇਹ ਤਾਂ ਮਰ ਗਿਆ ਇਸਰਕਿਆਂ ਵਾਲਾ ਇਮਰਾਨ ਖਾਂ ਨਿਆਜ਼ੀ ਇਮਰਾਨ ਖਾਂ ਕੰਮ ਸਿੱਖਦਾ ਰਿਹਾ ਆਹੋ ਉਹਦੇ ਕੋਈ ਕਿੰਨੇ ਸਾਲ ਆਏ ਉਹਦੇ ਕੋਲ ਕੋਈ ਨਹੀਂ ਹਾਂ ਉਹਨੇ ਘਰ ਬੈਠਿਆ ਸਿਖਾਤਾ ਸੀ ਇਹ ਉਸ ਤਰ੍ਹਾਂ ਦੀ ਬਣਾਉਣ ਦਿਆ ਮੈਂ ਤਾਂ ਸ਼ੀਸ਼ਾ ਨਹੀਂ ਵੇਖਣ ਦਿਆ ਪੱਕੀ ਗੱਲ ਹੈ ਉਸ ਤਰ੍ਹਾਂ ਵੇਖ ਵੀ ਲਓ ਸ਼ੀਸ਼ਾ ਫਿਰ ਵੇਖ ਉਸ ਤਰ੍ਹਾਂ ਵੀ ਹੈ ਨਜ਼ਰ ਆ ਗਿਆ ਜਿੱਥੇ ਜਿੱਥੇ ਆ ਉੱਥੇ ਖਾਤਾ ਹੈ ਮੇਰੇ ਵੇਖਣ ਦੇ ਵਿੱਚ ਤਾਂ ਗਲੂ ਨੇ ਉਹ ਜਿਹੜਾ ਆਖਰੀ ਵਾਰੀ ਮੈਂ ਜਿਹੜੇ ਮਾਮ ਤੋਂ ਕਰਵਾਏ ਨਾ ਉਹਦੇ ਨਾਲ ਉਹ ਸਹੀ ਖਾਦ ਕੀਤਾ ਤੁਸੀਂ ਬਾਕੀ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਅਤੇ ਨਵੀਂ ਵੀਡੀਓ ਵੇਖਣ ਵਾਸਤੇ ਅੱਗੋਂ ਜਨਾਬ ਇਨਸ਼ਾਅੱਲਾ ਨਵੀਂ ਵੀਡੀਓ ਬਣਾਉਂਦੇ ਹਾਂ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਤਾਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਓਕੇ ਅੱਲਾ ਹਾਫਿਜ਼।